ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਐਸ਼ਮਿਤ ਕੌਰ ਹੈ ਤੇ ਮੈਂ ਅੱਜ ਇੰਡੀਆ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਹਾਂ ਤੇ ਮੈਨੂੰ ਬਹੁਤ ਹੀ ਗਰਵ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਦੂਜੀ ਵਾਰ ਜਿਹੜੀ ਚੰਦਰਯਾਨ 3 ਦੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਆ ਉਹਨਾਂ ਨੇ ਜਿਹੜੀਆਂ ਪਿਛਲੀ ਵਾਰ ਜੋ ਵੀ ਪ੍ਰੋਬਲਮਸ ਆਈਆਂ ਸੀ ਉਹਨਾਂ ਨੂੰ ਦੁਬਾਰਾ ਤੋਂ ਟੈਕਲ ਕਰਨ ਵਾਸਤੇ ਜਿਹੜਾ ਚੰਦਰਯਾਨ 3 ਬਣਾਇਆ ਆ ਉਹਦੇ ਵਿੱਚ ਜਿਹੜੀ ਮੈਕੇਨਿਜ਼ਮ ਆ ਉਹ ਇੰਨਾ ਵਧੀਆ ਆ ਕਿ ਹੁਣ 100% ਸ਼ੋਰਿਟੀ ਆ ਕਿ ਲਾਂਚਿੰਗ ਹੋ ਹੀ ਜਾਊਗੀ ਤੇ ਅਗਰ ਫਿਰ ਵੀ ਅੱਜ ਸ਼ਾਮੀ 6 ਵਜੇ ਨਹੀਂ ਲਾਂਚਿੰਗ ਹੁੰਦੀ ਤੇ ਉਹਨਾਂ ਨੇ ਕੱਲ੍ਹ ਫੇਰ ਟਰਾਈ ਕਰਨਾ ਆ ਅਗਰ ਕੱਲ੍ਹ ਵੀ ਇੰਪੋਸੀਬਲ ਹੁੰਦਾ ਆ ਉਹਨਾਂ ਨੇ ਫਿਰ 27 ਨੂੰ ਟਰਾਈ ਕਰਨਾ ਆ ਬਟ ਇਹਨੂੰ ਉਹਨਾਂ ਨੇ ਸਕਸੈਸਫੁਲ ਜ਼ਰੂਰ ਕਰਨਾ ਆ ਕਿੰਨੇ ਫਾਇਦੇ ਹੋਣਗੇ ਕੀ ਲੱਗਦਾ ਹੈ ਇਹਦੇ ਬਹੁਤ ਜ਼ਿਆਦਾ ਫਾਇਦੇ ਹੋਣਗੇ ਜਿਵੇਂ ਅਗਰ ਤੇ ਅੱਜ ਸਕਸੈਸਫੁਲ ਹੋ ਜਾਂਦਾ ਆ ਤਾਂ ਹਿਊਮਨ ਕਲੋਨੀਜ਼ ਜਿਹੜੀਆਂ ਵਾ ਮੂੰਦੇ ਉੱਤੇ ਸੈਟਅਪ ਹੋ ਸਕਦੀਆਂ ਆ ਜਿਹਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ ਦੂਸਰੀ ਚੀਜ਼ 100 ਮਿਲੀਅਨ ਟਨਸ ਪਾਣੀ ਜਿਹੜਾ ਉੱਥੋਂ ਆਪਾਂ ਓਬਟੇਨ ਕਰ ਸਕਦੇ ਹਾਂ ਕੁਝ ਮਿਨਰਲਸ ਆ ਜਿਵੇਂ ਮਰਕਰੀ ਹੋ ਗਿਆ ਸੋਡੀਅਮ ਹੋ ਗਿਆ ਅਤੇ ਸਿਲਵਰ ਇਹੋ ਜਿਹੇ ਮਿਨਰਲਸ ਆਪਾਂ ਉੱਥੋਂ ਓਬਟੇਨ ਕਰ ਸਕਦੇ ਹਾਂ ਜਿਹੜੇ ਆਪਣੀ ਇੰਡੀਆ ਦੀ ਇਕਨੋਮੀ ਵਾਸਤੇ ਬਹੁਤ ਜ਼ਿਆਦਾ ਯੂਸਫੁਲ ਹੋਣਗੇ ਅਤੇ ਹੋਰ ਜਿਹੜਾ ਇੰਡੀਆ ਆ ਉਹ ਪਹਿਲਾ ਇਹੋ ਜਿਹਾ ਕੰਟਰੀ ਬਣ ਜੂਗਾ ਜਿਹੜਾ ਉੱਥੇ ਲੂਨਰ ਸਰਫੇਸ ਦੇ ਉੱਪਰ ਸਾਊਥ ਪੋਲ ਦੇ ਉੱਪਰ ਸੇਫ ਲੈਂਡਿੰਗ ਕਰਵਾਊਗਾ ਤੇ ਇਹੋ ਜੀ ਫੋਰਥ ਕੰਟਰੀ ਬਣ ਜੂਗੀ ਜਿਹੜੀ ਲੂਨਰ ਸਰਫੇਸ ਦੇ ਉੱਤੇ ਸੇਫ ਲੈਂਡਿੰਗ ਕਰਵਾਊਗੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਆਪਣੇ ਪਰਸ ਅੱਜ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਆ ਅਗਰ ਤੇ ਸੇਫ ਲੈਂਡਿੰਗ ਹੋ ਜਾਂਦੀ ਆ ਤੇ ਇੰਡੀਆ ਬਹੁਤ ਹੀ ਜ਼ਿਆਦਾ ਫੇਮਸ ਹੋ ਜੂਗਾ ਤੇ ਇਕਨੋਮੀ ਵੀ ਹੋਰ ਬਿਲਡ ਅਪ ਹੋ ਜੂਗੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਚੰਦਰਯਾਨ 3 ਲੈਂਡ ਹੋ ਰਿਹਾ ਹੈ ਕੀ ਫਾਇਦੇ ਹੋਣਗੇ ਮੇਰਾ ਨਾਮ ਵਤਨਦੀਪ ਕੌਰ ਆ ਮੈਂ ਅੱਜ ਦੱਸਣਾ ਚਾਹੁੰਦੀ ਆ ਕਿ ਅਗਰ ਜੇਕਰ ਅਸੀਂ ਅੱਜ ਸਾਡੀ ਮੂਨ ਤੇ ਸੌਫਟ ਲੈਂਡਿੰਗ ਹੋ ਗਈ ਤੇ ਅੱਗੇ ਜਾ ਕੇ ਸਾਡੇ ਦੇਸ਼ ਵਾਸਤੇ ਬਹੁਤ ਹੀ ਗਰਵ ਮਹਿਸੂਸ ਹੈ ਤੇ ਸਾਡੇ ਦੇਸ਼ ਵਿੱਚ ਉਹ ਕੌਨਫੀਡੈਂਸ ਆ ਜਾਏਗਾ ਕਿ ਆਪਾਂ ਅੱਗੇ ਜਿੱਦਾਂ ਗਗਨਯਾਨ ਕਰਨਾ ਆ ਜਿੱਦਾਂ ਆਪਾਂ ਆਪਣੇ ਐਸਟ੍ਰੋਨੌਟਸ ਭੇਜਨੇ ਆ ਨੀਲ ਐਮਸਟਰੋਂਗ ਵਾਂਗ ਆਪਾਂ ਗਾੜੀ ਮੂਨ ਤੇ ਐਸਟ੍ਰੋਨੌਟਸ ਭੇਜਨੇ ਆ ਉਹ ਵਾਸਤੇ ਸਾਨੂੰ ਉਹਦੇ ਵਾਸਤੇ ਸਾਨੂੰ ਕੌਨਫੀਡੈਂਸ ਮਿਲ ਜਾਏਗਾ ਤੇ ਆਪਾਂ ਇੱਕ ਆਪਣੇ ਆਪ ਨੂੰ ਵਰਲਡ ਲੈਵਲ ਤੇ ਅੱਗੇ ਟੈਕਨੋਲੋਜੀ ਵਿੱਚ ਤੇ ਸਪੇਸ ਸਾਇੰਸ ਵਿੱਚ ਅੱਗੇ ਦੇਖ ਸਕਦੇ ਹਾਂ ਕੀ ਕੀ ਫਾਇਦੇ ਹੋਣਗੇ ਤੇ ਫਾਇਦੇ ਇਹ ਆ ਜੇਕਰ ਅੱਜ ਅਸੀਂ ਸੇਫ ਲੈਂਡਿੰਗ ਕਰਵਾ ਦਿੰਦੇ ਹਾਂ ਅਮਰੀਕਾ ਰਸ਼ੀਆ ਅਤੇ ਚਾਈਨਾ ਤੋਂ ਬਾਅਦ ਸਾਡਾ ਦੇਸ਼ ਚੌਥਾ ਇਹੋ ਜਿਹਾ ਦੇਸ਼ ਹੋਊਗਾ ਜੋ ਸੇਫ ਲੈਂਡਿੰਗ ਕਰਵਾ ਪਾਊਗਾ ਮੂਨ 'ਤੇ ਜੇਕਰ ਅਸੀਂ ਅੱਜ ਸੇਫ ਲੈਂਡਿੰਗ ਕਰਵਾ ਦਿੰਦੇ ਹਾਂ ਅਤੇ ਗਾੜੀ ਜਾ ਕੇ ਜਿੱਦਾਂ ਨਾਸਾ ਨੂੰ ਇੰਟਰਨੈਸ਼ਨਲ ਸਪੇਸ ਪ੍ਰੋਜੈਕਟਸ ਵਾਸਤੇ ਦੂਸਰੇ ਦੇਸ਼ ਕਰਦੇ ਭਰੋਸਾ ਕਰਦੇ ਆ ਉਹਦਾ ਸਾਡੇ 'ਤੇ ਸਾਡੇ ਇਸਰੋ 'ਤੇ ਵੀ ਇਹ ਭਰੋਸਾ ਕੀਤਾ ਜਾਵੇਗਾ ਅਤੇ ਸਾਡੀ ਇੰਡੀਅਨ ਇਕਨੋਮੀ ਬਹੁਤ ਜ਼ਿਆਦਾ ਵੱਧ ਸਕਦੀ ਆ ਇਸ ਨਾਲ ਅਤੇ ਸਾਡਾ ਵਰਲਡ ਲੈਵਲ 'ਤੇ ਇੰਡੀਆ ਦੀ ਪਹਿਚਾਣ ਹੋਰ ਉੱਚੀ ਹੋ ਜਾਏਗੀ ਕਿੰਨਾ ਕਮਾਣ ਹੋ ਰਿਹਾ ਅੱਜ ਬਹੁਤ ਜ਼ਿਆਦਾ ਹਾਂਜੀ ਮੇਰਾ ਨਾਮ ਏਰਪ੍ਰੀਤ ਸਿੰਘ ਹੈ ਅਤੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਬਹੁਤ ਜ਼ਿਆਦਾ ਗਰਵ ਦਾ ਦਿਨ ਹੈਗਾ ਆ ਆਪਣੀ ਚੰਦਰਯਾਨ 2 ਦੀ ਨਾਕਾਮਯਾਬੀ ਤੋਂ ਬਾਅਦ ਭਾਰਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਆਪਣੀ ਫੇਲੀਅਰ ਤੋਂ ਸਿੱਖਿਆ ਆ ਅਤੇ ਚੰਦਰਯਾਨ 3 ਨੂੰ ਲਾਂਚ ਕੀਤਾ ਆ ਅੱਜ ਉਹਦੀ ਸੇਫ ਲੈਂਡਿੰਗ ਹੋਏਗੀ ਆਪਾਂ ਇਹੀ ਸਾਰੇ ਦੁਆ ਕਰਦੇ ਹਾਂ ਅਤੇ ਜੇ ਸੇਫ ਲੈਂਡਿੰਗ ਹੁੰਦੀ ਆ ਤਾਂ ਬਹੁਤ ਗਰਵ ਦਾ ਅਵਸਰ ਹੋਏਗਾ ਕਿਉਂਕਿ ਸਾਨੂੰ ਬਹੁਤ ਸਾਰੀ ਚੀਜ਼ਾਂ ਪਤਾ ਲੱਗੇਗੀ ਅਤੇ ਭਾਰਤ ਤੋਂ ਪਹਿਲਾ ਦੇਸ਼ ਹੋਊਗਾ ਜਿਹੜਾ ਕਿ ਧਰਤੀ ਕਿੱਦਾਂ ਬਣੀ ਸੀ ਉਹਨੂੰ ਪ੍ਰੂਵ ਕਰਨ ਵਾਲਾ ਦੇਸ਼ ਵੀ ਉਹ ਪਹਿਲਾ ਬਣ ਜਾਏਗਾ ਜਿਹਦੇ ਕੋਲ ਪ੍ਰੂਵਸ ਹੋਣਗੇ ਅਤੇ ਹੋਰ ਵੀ ਆਪਾਂ ਮਿਨਰਲਸ ਦੇਖ ਸਕਦੇ ਹਾਂ ਆਪਾਂ ਨੂੰ ਇਹ ਲੱਗਦਾ ਕਿ ਉੱਥੇ ਪਾਣੀ ਹੋਏਗਾ ਜੇ ਪਾਣੀ ਲੱਭ ਜਾਂਦਾ ਤਾਂ ਭਾਰਤ ਤੋਂ ਪਹਿਲਾ ਦੇਸ਼ ਹੋਏਗਾ ਜਿਹੜਾ ਚੰਦ 'ਤੇ ਪਾਣੀ ਲੱਭੇਗਾ ਕੁਝ ਲੋਕ ਜਿਹੜੇ ਸਵਾਲ ਚੁੱਕਦੇ ਨੇ ਕਿ ਕਿਸ ਤਰੀਕੇ ਨਾਲ ਵੇਖਦੇ ਹੋ ਕੁਝ ਗਲਤ ਬੋਲਦੇ ਨੇ ਲੋਕਾਂ ਦਾ ਦੇਖੋ ਲੋਕਾਂ ਦਾ ਕੰਮ ਹੈ ਕੁਝ ਕਹਿਣਾ ਅਤੇ ਆਪਣਾ ਕੰਮ ਹੈ ਨਾਂ ਸੁਣ ਕੇ ਉਹਨਾਂ ਨੂੰ ਗਲਤ ਪ੍ਰੂਵ ਕਰਨਾ ਭਾਰਤ ਦੇ ਸਵਾਲ ਚੁੱਕੇ ਜਾਂਦੇ ਸੀ ਕਿ ਇੰਨਾ ਘੱਟ ਬਜਟ ਨਾਲ ਇਹ ਕਿੱਦਾਂ ਕਰ ਲੈਣਗੇ ਪਰ ਹੁਣ ਭਾਰਤ ਜਿੱਦਣ ਅੱਜ ਸੌਫਟ ਲੈਂਡਿੰਗ ਕਰਾਏਗੀ ਤਾਂ ਉਹ ਲੋਕਾਂ ਨੂੰ ਆਪ ਦੱਸੇਗੀ ਕਿ ਦੇਖੋ 615 ਫਿਲਮਾਂ ਤੋਂ ਘੱਟ ਬਜਟ ਹੈ ਜੀ ਸਾਡਾ ਫਿਲਮਾਂ ਜਿਹੜੀਆਂ ਉਹ 100-100 ਕਰੋੜ 'ਚ ਬਣਦੀਆਂ ਨੇ ਪਰ 615 ਕਰੋੜ ਨਾਲ ਆਪਾਂ ਚੰਦਰਯਾਨ 3 ਜਿੱਥੇ ਦੁਨੀਆ ਜਾਣ ਦਾ ਸੋਚ ਵੀ ਨਹੀਂ ਸਕਦੀ ਉੱਥੇ ਲੈਂਡ ਕਰਾਇਆ ਕਿੰਨਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਕਦੋਂ ਲਾਂਚ ਹੋਇਆ ਸੀ ਕਿਸ ਤਰੀਕੇ ਨਾਲ ਵੇਖਦੇ ਜੀ ਮੇਰਾ ਨਾਮ ਐਲਨ ਆ ਅਤੇ ਮੈਂ ਉਹ ਹੀ ਕਹਿਣਾ ਚਾਹੂੰਗਾ ਕਿ ਜਦੋਂ ਇਹ ਲਾਂਚ ਹੋਇਆ ਉਦੋਂ ਸਾਰੇ ਜਣ ਬਹੁਤ ਸ਼ੱਕ ਵਿੱਚ ਸੀ ਪੂਰੀ ਦੁਨੀਆ ਸ਼ੱਕ ਵਿੱਚ ਸੀ ਵੀ ਇਹ ਕਿਤਨਾ ਹੋ ਸਕਦਾ ਵੀ ਕੋਈ ਇੰਨੇ ਘੱਟ ਬਜਟ ਵਿੱਚ ਕਿਤਨਾ ਲੋਕ ਵੀ ਇਹ ਲਾਂਚ ਕਰ ਸਕਦੇ ਇਹ ਮਿਸ਼ਨ ਪਰ ਆਪਾਂ ਪ੍ਰੂਵ ਕਰਕੇ ਵਿਖਾ ਦਿੱਤਾ ਵੀ ਜਿਹੜਾ ਰਸ਼ੀਆ ਸੀ ਉਹਨਾਂ ਨੇ ਵੀ ਲਾਂਚ ਕੀਤਾ ਸੀ ਸਾਡੇ ਤੋਂ ਵਾਅਦਾ ਕੀਤਾ ਸੀ ਪਰ ਵੀ ਉਹਨਾਂ ਦਾ ਬਜਟ ਸਾਡੇ ਨੂੰ ਕਿਤੇ ਜ਼ਿਆਦਾ ਵੱਧ ਸੀ ਫਿਰ ਵੀ ਉਹ ਵੀ ਨਾਕਾਮ ਹੋ ਗਏ ਪਰ ਆਪਾਂ ਹਿੰਮਤ ਨਹੀਂ ਹਾਰੀ ਅਤੇ ਆਪਾਂ ਪੂਰੇ ਆਪਣੀ ਲਗਨ ਅਤੇ ਮਿਹਨਤ ਨਾਲ ਆਪਾਂ ਉਹਨੂੰ ਸਕਸੈਸਫੁਲੀ ਵੀ ਉੱਥੇ ਪਹੁੰਚ ਕੇ ਵਿਖਾਇਆ ਮੂਨ ਤਿਕਰ ਅਤੇ ਹੁਣ ਅੱਜ ਲੈਂਡਿੰਗ ਕਰਕੇ ਸ਼ਾਮ ਤਿਕਰ ਆਪਾਂ ਪ੍ਰੂਵ ਕਰਦਾਂਗੇ ਪੂਰੀ ਦੁਨੀਆ ਨੂੰ ਕਿ ਆਪਾਂ ਇੰਡੀਅਨਸ ਕਿਸੇ ਤੋਂ ਘੱਟ ਨਹੀਂ ਹੈਗੇ ਅਤੇ ਆਪਾਂ ਵੀ ਜੇ ਆਪਾਂ ਕੁਝ ਕੋਸ਼ਿਸ਼ ਕਰੀਏ ਤਾਂ ਸਕਸੈਸਫੁਲੀ ਅਚੀਵ ਕਰ ਸਕਦੇ ਹਾਂ ਕਿੰਨਾ ਕੁ ਮਾਣ ਮਹਿਸੂਸ ਕਰ ਰਹੇ ਬਹੁਤ ਜ਼ਿਆਦਾ ਮਾਣ ਹੈ ਪੂਰੀ ਦੁਨੀਆ ਵਿੱਚ ਆਪਾਂ ਵੀ ਇੰਡੀਅਨਸ ਦੀ ਵੀ ਖੁਸ਼ੀ ਮਨਾ ਰਹੇ ਨੇ ਕਿ ਕਿਸ ਤਰ੍ਹਾਂ ਆਪਾਂ ਵੀ ਸਕਸੈਸਫੁਲੀ ਲੈਂਡ ਕਰਾਂਗੇ ਮੂਨ 'ਤੇ ਅਤੇ ਜੇ ਮੂਨ 'ਤੇ ਲੈਂਡਿੰਗ ਹੋ ਜਾਂਦੀ ਹੈ ਤਾਂ ਸਾਇੰਸ ਦੇ ਵਿੱਚ ਅਤੇ ਹੋਰ ਕਈ ਫੀਲਡਸ ਵਿੱਚ ਸਾਡੀ ਕਾਫੀ ਜ਼ਿਆਦਾ ਤਰੱਕੀ ਹੋਵੇਗੀ ਅਤੇ ਇਸ ਨਾਲ ਸਾਨੂੰ ਵੀ ਸਾਇੰਸ ਦੇ ਵਿੱਚ ਕਾਫੀ ਸਾਰੀ ਓਪਰਚੁਨਿਟੀਜ਼ ਵੀ ਮਿਲ ਸਕਦੀਆਂ ਕਾਫੀ ਸਾਰੀਆਂ ਨੌਕਰੀਆਂ ਮਿਲਣਗੀਆਂ ਸਾਨੂੰ ਵੀ ਸਪੇਸ ਦੇ ਵਿੱਚ ਪਾਣੀ ਜੇ ਆਖ ਪੋਸੀਬਿਲਿਟੀ ਹੈਗੀ ਆ ਵੀ ਪਾਣੀ ਜਾਂ ਫਿਰ ਉੱਥੇ ਵੀ ਕੁਛ ਵੀ ਮਿਨਰਲਸ ਹੈਗੇ ਨੇ ਜਿਹੜੇ ਵੀ ਫਿਊਲ ਦੇ ਤਰ੍ਹਾਂ ਯੂਜ਼ ਕਰ ਸਕਦੇ ਨੇ ਆਪਾਂ ਅਤੇ